ਸਤਰੀਆਕਾਲ ਮੈਂ ਹਾਂ ਜੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ 6ਵੀਂ ਪਾਸ਼ਾਹੀ ਦੇ ਗੁਰਦੁਆਰੇ ਚੋੜਾ ਖੂਬ ਵਿੱਚ ਜੋ ਕਤਲ ਹੋਇਆ ਉਸ ਬਾਰੇ ਹੁਣ ਕੇਂਦਰ ਦੀ ਦਖਲਅੰਦਾਜ਼ੀ ਨੈਸ਼ਨਲ ਮਿਨਿਓਰਿਟੀ ਕਮਿਸ਼ਨ ਵੱਲੋਂ ਹੋ ਗਈ ਹੈ ਸੋ ਉਸ ਨਾਲ ਇਸ ਜੋ ਕਤਲ ਹੋਇਆ ਇਸ ਨੇ ਨਵਾਂ ਰੁਖ ਅਖਤਿਆਰ ਕਰ ਲਿਆ ਕਿਉਂਕਿ ਮਿਨੋਰਿਟੀ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੇ ਜੋ ਆਪਣੀ ਚਿੱਠੀ ਲਿਖੀ ਹੈ ਚੀਫ ਸਕੱਟਰੀ ਪੰਜਾਬ ਨੂੰ ਉਸ ਵਿੱਚ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਜੋ ਇੱਕ ਘਟਨਾ ਹੋਈ ਹੈ ਇਸ ਵਿੱਚ ਨਿਆਂਗ ਅਮਨਦੀਪ ਸਿੰਘ ਮੰਗੂ ਮਠਵਾਲੇ ਨੇ ਬੇਅਦਬੀ ਕੀਤੀ ਹੈ ਕਿਉਂਕਿ ਜਦ ਵਿਸ਼ਾਲ ਕਪੂਰ ਨੂੰ ਪਕੜ ਲਿਆ ਗਿਆ ਸੀ ਅਤੇ ਉਸ ਨੂੰ ਇੱਕ ਕਮਰੇ ਵਿੱਚ ਕੁੰਡੀ ਲਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਸ ਦਾ ਗੁਰਦੁਆਰੇ ਵਿੱਚ ਕਤਲ ਕਰਨਾ ਵੀ ਇੱਕੋ ਨੇ ਵਰਡ ਯੂਜ਼ ਕੀਤਾ ਸੈਕਰੀਲਿਜ ਜਾਨੀ ਬੇਅਦਬੀ ਹੋਈ ਹੈ ਸੋ ਇਹ ਜੋ ਨਵਾਂ ਰੂਪ ਨਵੀਂ ਦਿਸ਼ਾ ਇਸ ਮੁੱਦੇ ਨੇ ਲਈ ਹੈ ਇਸ ਦੇ ਦੇਖਦਿਆਂ ਸਿੱਟੇ ਕੀ ਨਿਕਲਣਗੇ ਕਿਉਂਕਿ ਇਹ ਜੋ ਫਗਵਾੜਾ ਸ਼ਹਿਰ ਹੈ ਮੈਂ ਦਰਸ਼ਕਾਂ ਨਾਲ ਸਾਂਝ ਪਾਉਣਾ ਚਾਹਨਾ ਕਿ ਫਗਵਾੜਾ ਇੱਕ Hindu dominating ਸ਼ਹਿਰ ਹੈ ਥੋੜੀ ਬਹੁਤੀ ਇਹਦੇ ਚ ਇੰਡਸਟਰੀ ਵੀ ਹੈ ਇਹਦੇ ਖੰਡ ਦੀ ਮਿਲ ਵੀ ਹੈ ਔਰ ਇਹਦੇ ਟੈਕਸਟਾਈਲ ਮਿਲ ਵੀ ਹੈ ਸੋ ਇੰਡਸਟਰੀਅਲ ਵਰਕਰ ਵੀ ਆਨੇ ਸ਼ਹਿਰ ਵਿੱਚ ਜੋ ਮਾਈਗਰੇਟੇ ਲੇਬਰਰ ਜਿਨਾਂ ਨੂੰ ਅਸੀਂ ਕਹਿੰਦੇ ਆ ਤਾਂ ਫਗਵਾੜੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਕੀ ਸਾਜਿਸ਼ ਹੋ ਸਕਦੀ ਹੈ ਇਸ ਬਾਰੇ ਜਿਹੜੀ ਇਹ ਬੜੀ ਡੀਪ ਇਨਵੈਸਟੀਗੇਸ਼ਨ ਪੁਲਿਸ ਨੂੰ ਕਰਨੀ ਚਾਹੀਦੀ ਹੈ ਕਿ ਇਹ ਸ਼ਾਇਰ ਕਿਉਂ ਚੁਣਿਆ ਗਿਆ ਦੇਖੋ ਇਸ ਕਹਿ ਦੇਣਾ ਕਿ ਨਿਆਂੰਗ ਨੇ ਸੋਦਾ ਲਾ ਦਿੱਤਾ ਉਸ ਦਾ ਕਤਲ ਕਰ ਦਿੱਤਾ ਕਿਉਂਕਿ ਇਤਨੇ ਕੇਸ ਹੋ ਚੁੱਕੇ ਨੇ ਬੇਅਦਬੀਆਂ ਦੇ ਉਹਨਾਂ ਵਿੱਚ ਕੋਈ ਨਿਆਂ ਤੇ ਮਿਲਦਾ ਨਹੀਂ ਕਚੈਰੀਆਂ ਵੀ ਕੁਝ ਨਹੀਂ ਕਰਦੀਆਂ ਪੁਲਿਸ ਵੀ ਕੁਝ ਨਹੀਂ ਕਰਦੀ ਪੁਲਿਸ ਵੀ ਅਸਲੀ ਜਿਹੜੇ ਜੁਰਮ ਕਰਨ ਵਾਲੇ ਹਨ ਬੇਅਦਬੀਆਂ ਦੇ ਉਹਨਾਂ ਨੂੰ ਪਕੜਦੀ ਨਹੀਂ ਸੋ ਜਿਹੜੀਆਂ ਇਹ ਘਟਨਾਵਾਂ ਦੀ ਗਿਣਤੀ ਹੈ ਜੇ ਸਾਰੀਆਂ ਜਮ੍ਹਾਂ ਕਰ ਲਈਏ ਪਿਛਲੇ 15-20 ਸਾਲ ਦੀਆਂ ਤੇ ਇਹਨਾਂ ਦੀ ਗਿਣਤੀ 300 ਤੋਂ ਉੱਪਰ ਚਲੀ ਜਾਂਦੀ ਹੈ ਤੁਸੀਂ ਸੋਚ ਸਕਦੇ ਹੋ ਕਿ ਸਿੱਖ ਤਰਮਨਾਲ ਸੰਬੰਧਿਤ ਸੰਸਥਾਵਾਂ ਤੇ ਜਾਨੀ ਗੁਰਦੁਆਰਿਆਂ ਵਿੱਚ ਜਾਂ ਸਿੱਖਾਂ ਦੇ ਸਭ ਤੋਂ ਪੂਜਨੀਕ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਉੱਪਰ ਬੇਅਦਬੀ ਦੇ ਕੋਸ਼ਿਸ਼ਾਂ بار بار ਕਿਉਂ ਹੋ ਰਹੀਆਂ ਹਨ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਦਾ ਬੜੀ ਜਿਹੜੀ ਇਹ ਸਰਕਾਰ ਨੂੰ ਇੱਕ ਡੂੰਗੀ ਕੋਖ ਕਰਨੀ ਚਾਹੀਦੀ ਹੈ ਸਿੱਟ ਬਣਾਣੀ ਚਾਹੀਦੀ ਹੈ ਔਰ ਉਹਦੇ ਵਿੱਚ ਇਮਾਨਦਾਰ ਅਫਸਰ ਪਾਣੇ ਚਾਹੀਦੇ ਜਿਹੜੇ ਇਸ ਨੂੰ ਲੱਭ ਕੇ ਲਿਆਣ ਇਸ ਇਨਵੈਸਟੀਗੇਸ਼ਨ ਚ ਕਿ ਇਹਨਾਂ ਸਾਰੀਆਂ ਘਟਨਾਵਾਂ ਵਿੱਚੇ ਸਾਜ਼ਿਸ਼ ਕੀ ਹੈ ਸਿਰਫ ਇਹ ਕਹਿ ਦੇਣਾ ਕਿ ਏਸੜੀ ਬੇਅਦਬੀ ਦੀਆਂ ਘਟਨਾਵਾਂ ਇਹ ਸਿੱਖਾਂ ਨਾਲ ਹੀ ਸੰਬੰਧਤ ਹਨ ਇਹ ਗੱਲ ਤਾਂ ਬਿਲਕੁਲ ਮਨਜ਼ੂਰ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ بار بار ਅੰਜਾਮ ਦੇ ਕੇ ਕਾਮਯਾਬ ਬਣਾਇਆ ਜਾ ਰਿਹਾ ਹੈ ਇਹ ਕੋਈ ਕਿੱਥੇ ਬੈਠਾ ਹੋਇਆ ਪੰਜਾਬ ਦੇ ਵਿਰੁੱਧ ਕੰਮ ਕਰ ਰਿਹਾ ਹੈ ਯਾਨੀ ਪੰਜਾਬ ਵਿੱਚ ਸ਼ਾਂਤੀ ਨਹੀਂ ਰਹਿਣ ਦੇਣੀ ਚਾਹੁੰਦਾ ਅਤੇ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਨਾ ਕਿ ਇਸ ਘਟਨਾ ਨੂੰ ਕਿ ਨਿਹੰਗ ਨੇ ਸੌਦਾ ਲਾ ਦਿੱਤਾ ਤਾਂ ਬੰਦਾ ਜੋ ਉੱਥੇ ਆਇਆ ਸੀ ਕਿਉਂ ਆਇਆ ਸੀ ਉਸ ਦਾ ਕੰਮ ਖਤਮ ਹੋ ਗਿਆ ਇਹ ਗੱਲ ਇੰਨੀ ਛੋਟੀ ਨਹੀਂ ਜਿੰਨੀ ਕਿ ਬਹੁਤ ਸਾਰੀਆਂ ਅਖਬਾਰਾਂ ਅਤੇ ਜੋ ਲੀਡਰ ਹਨ ਬੱਕਰੀਆਂ ਬੱਕਰੀਆਂ ਪਾਰਟੀਆਂ ਦੇ ਉਹ ਇਸ ਨੂੰ ਪੇਸ਼ ਕਰ ਰਹੇ ਹਨ ਇਨੇ ਲੰਮੇ ਸਮੇਂ ਤੋਂ ਸਿਰਫ ਸਿੱਖ ਸੰਸਥਾਵਾਂ ਵਿੱਚ ਬੇਤਬੀ ਦਈਤਨ ਕਿਉਂ ਹੁੰਦੇ ਆ ਪੰਜਾਬ ਵਿੱਚ ਮੰਦਰ ਵੀ ਹਨ ਮਸਜਿਦਾਂ ਵੀ ਹਨ ਚਰਚਾਂ ਵੀ ਹਨ ਉਹ ਹੋਰ ਕਈ ਧਾਰਮਿਕ ਜੋ ਡੇਰੇ ਹਨ ਉਹਨਾਂ ਵਿੱਚ ਜਿਆ ਕੁਝ ਨਹੀਂ ਹੋ ਰਿਹਾ ਕਿਉਂਕਿ ਸੂਫੀਆਂ ਦੇ ਡੇਰੇ ਵੀ ਹਨ ਸੋ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਇਹ ਛਾਜਿਸ਼ ਕਿਸ ਪੱਧਰ ਤੇ ਹੋਈ ਹੈ ਕਿੰਨੀਆਂ ਹੀ ਬੇਅਦਬੀ ਦੀਆਂ ਘਟਨਾਵਾਂ ਹੋ ਗੀਆਂ ਪਿਛਲੇ 15 ਸਾਲਾਂ 'ਚ ਪਰ ਕਦੇ ਵੀ ਨੈਸ਼ਨਲ ਮਿਨਿਓਰਿਟੀ ਕਮਿਸ਼ਨ ਨੇ ਇਸ ਬਾਰੇ ਆਵਾਜ਼ ਨਹੀਂ ਉਠਾਈ ਇਹ ਪਹਿਲੀ ਵਾਰੀ ਹੈ ਕਿ ਨੈਸ਼ਨਲ ਮਿਨਿਓਰਿਟੀ ਕਮਿਸ਼ਨ ਨੇ ਜੋ ਚੀਫ ਸਕੱਟਰੀ ਨੂੰ ਚਿੱਠੀ ਲਿਖੀ ਹੈ ਅਤੇ ਇਹ ਕਿਹਾ ਕਿ 25 ਜਨਵਰੀ ਤੱਕ ਇਸ ਦੀ ਡਿਟੇਲਡ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਏ ਉਹਨਾਂ ਨੇ ਵਰਡ ਜਿਹੜਾ ਹੈ ਬੜਾ ਸਖਤ ਯੂਜ਼ ਕੀਤਾ ਹੈ ਨਿਆਂੰਗਵਾਲਰ ਕਿ ਨਿਆਂੰਗ ਨੇ ਵੀ ਬੇਅਦਬੀ ਜਿਹੜੀ ਹੈ ਗੁਰਦੁਆਰੇ ਵਿੱਚ ਕਤਲ ਕਰਕੇ ਕੀਤੀ ਹੈ ਸੋ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਰਾਤ ਨੂੰ 1.5 ਵਜੇ ਵਿਸ਼ਾਲ ਕਪੂਰ ਜੋ ਹੈ ਉਹ ਗੁਰਦੁਆਰੇ ਵਿੱਚ ਦਾਖਲ ਹੁੰਦਾ ਹੈ ਬੜੀ ਸੋਚਣ ਵਾਲੀ ਗੱਲ ਹੈ ਕਿ ਗੁਰਦੁਆਰੇ ਦਾ ਦਰਵਾਜ਼ਾ ਰਾਤ ਨੂੰ 1.5 ਵਜੇ ਕਿਉਂ ਖੁੱਲਾ ਹੈ ਉਹ ਗੁਸਲਖਾਨੇ ਚ ਵੜ ਜਾਂਦਾ ਹੈ ਕਿਉਂਕਿ ਸਾਨੂੰ ਸਾਰੇ ਸਿੱਖਾਂ ਨੂੰ ਇਹ ਪਤਾ ਹੈ ਕਿ ਗੁਰਦੁਆਰੇ ਵਿੱਚ ਸੁਖਾਸਨ ਰਿਰਾਜ ਸਾਹਿਬ ਦੇ ਪਾਠ ਤੇ ਕੀਰਤਨ ਤੋਂ ਬਾਅਦ ਇਹ ਸੁਖਾਸਨ ਹੋ ਜਾਂਦਾ ਹੈ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਹੈ ਉਸ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਜੋ ਹੈ ਉਸ ਨੂੰ ਸੰਦੋਖ ਦਿੱਤ ਰੱਖ ਦਿੱਤਾ ਜਾਂਦਾ ਹੈ ਸੰਦੋਖ ਦਿੱਤਾ ਜਾਂਦਾ ਹੈ ਇਹ ਇੱਕ ਸੁਖਾਸਣ ਦੀ ਮਰਿਆਦਾ ਹੈ ਜਿਨ੍ਹਾਂ ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਸੋ ਉਸ ਨੌਜਵਾਨ ਨੇ ਗੁਰਦੁਆਰੇ ਵਿੱਚ ਰਾਤ ਨੂੰ 1:30 ਵਜੇ ਆਂਦੀ ਗਲਤੀ ਤਾਂ ਕੀਤੀ ਹੈ ਕਿ ਉਹਦੇ ਪਿੱਛੇ ਕੋਈ ਸ਼ਰਾਰਤ ਵੀ ਸੀ ਯਾਨੀ ਇਸ ਦਾ ਤੇ ਹੁਣ ਪਤਾ ਨਹੀਂ ਲੱਗ ਸਕਦਾ ਕਿਉਂਕਿ ਉਸ ਨੂੰ ਤੇ ਨਿਆੰਗ ਸਿੰਘ ਨੇ ਮਾਰ ਦਿੱਤਾ ਕਤਲ ਕਰ ਦਿੱਤਾ ਸੋ ਜਿਹੜੀ ਗੱਲ ਦਾ ਮੁੱਦਾ ਹੁਣ ਮਿਨੋਰਿਟੀ ਕਮਿਸ਼ਨ ਨੇ ਉਠਾਇਆ ਇਹ ਬੜਾ ਸੋਚਣ ਵਾਲਾ ਹੈ ਕਿ ਉਹਨਾਂ ਨੇ ਕਿਹਾ ਕਿ ਨਿਆੰਗ ਨੇ ਬੇਅਦਬੀ ਕੀਤੀ ਹੈ ਸੋ ਨਿਆੰਗ ਉੱਤੇ ਦਫਾ 304 ਲਗਾ ਕੇ ਉਸ ਨੂੰ ਅੱਜ 4 ਦਿਨਾਂ ਦੇ ਰਿਮਾਂਡ ਵਿੱਚ ਪੁਲਿਸ ਨੇ ਲਿਆ ਇਹ ਜਾਣਨ ਲਈ ਕਿ ਉਸ ਦੇ ਇੱਥੇ ਆਣ ਪਿੱਛੇ ਉਸ ਦਾ ਮੰਤਬ ਕੀ ਸੀ ਇਹ ਗੁਰਦੁਆਰੇ ਵਿੱਚ ਰਹਿਣ ਲਈ ਉਹ ਕਿਉਂ ਆਇਆ ਲੇਕਿਨ ਜੋ ਵਿਸ਼ਾਲ ਕਪੂਰ ਦੇ ਪਿਛੋਕੜ ਬਾਰੇ ਜੋ ਪੁਲਿਸ ਨੇ ਲੱਭਿਆ ਅਤੇ ਉਹਨਾਂ ਨੇ ਜੋ ਸ਼ੇਅਰ ਕੀਤਾ ਹੈ ਪ੍ਰੈਸ ਨਾਲ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਸ਼ਾਲ ਕਪੂਰ ਦਿੱਲੀ ਦੀ ਪੱਛਮਪੁਰੀ ਦੇ ਦਾ ਵਸਨੀਕ ਹੈ ਉਸਦੇ ਪਿਤਾ ਦਵਿੰਦਰ ਕਪੂਰ ਦਾ ਅਧਿਆਤ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਆਪਣੀ ਦਾਦੀ ਕੋਲ ਰਹਿੰਦਾ ਸੀ ਉਸ ਤੋਂ ਬਾਅਦ ਉਸਦੀ ਦਾਦੀ ਦਾ ਵੀ ਦਿਹਾਂਤ ਹੋ ਗਿਆ ਤਾਂ ਉਹ ਫਿਰ ਇੱਕ ਡੈਸਟੀਟਿਊਟ ਇੱਕ ਨਾਸ ਦੀ ਤਰ੍ਹਾਂ ਦਿੱਲੀ ਦੀਆਂ ਸੜਕਾਂ ਤੇ ਘੁੰਮਦਾ ਫਿਰਦਾ ਸੀ ਅਤੇ ਉਥੋਂ ਉਸ ਨੂੰ ਇੱਕ ਐਨ ਜੀਓ ਲੈ ਕੇ ਆ ਗਈ ਔਰ ਉਸਨੇ ਉਸ ਦਾ ਪਾਲਣ ਪੋਸ਼ਣ ਕੀਤਾ ਹੁਣ ਇਹ ਨਹੀਂ ਸਮਝ ਆਈ ਕਿ ਉਹ ਅਚਨਚੇਤੀ ਭਗਵਾੜੇ ਕੀ ਕਰਨ ਆਇਆ ਚਾਹੇ ਪੁਲਿਸ ਦੇ ਦਸਣ ਅਨੁਸਾਰ ਉਹਨੇ ਮੋੜਲੇ ਅਰਥ 10 ਸਾਲ ਜਿਹੜੇ ਨੋ ਫਗਵਾੜੇ ਵਿੱਚ ਹੀ ਗੁਜ਼ਾਰੇ ਸੀ ਅਤੇ ਗੁਜ਼ਾਰਕ ਕੇ ਫਿਰ ਮੁੜ ਉਹ ਫਗਵਾੜੇ ਪਹੁੰਚਦਾ ਹੈ ਫਗਵਾੜੇ ਵਿੱਚ ਆ ਕੇ ਉਹ ਫਿਰ ਗੁਰਦੁਆਰੇ ਵਿੱਚ ਜਾਂਦਾ ਹੈ ਇਹ ਕੀ ਮੰਤਬ ਸੀ ਕੀ ਮਨੋਰਥ ਸੀ ਇਸ ਬਾਰੇ ਸਾਰੀ ਇਨਵੈਸਟੀਗੇਸ਼ਨ ਪੁਲਿਸ ਨੂੰ ਕਰਨੀ ਪੈਗੀ ਅਤੇ ਇਸ ਦਾ ਜੋ ਨਵਾਂ ਰੁਖ ਜਿਹੜਾ ਮਿਨੋਰਿਟੀ ਕਮਿਸ਼ਨ ਦੇ ਦਾਖਲ ਹੋਣ ਨਾਲ ਹੋਇਆ ਇਸ ਕਿ ਇਹ ਵੀ ਦੇਖਿਆ ਜਾਏਗਾ ਕਿ ਜੋ ਚੀਫ ਸਕੱਟਰੀ ਅਨੁਰਾਗ ਵਰਮਾ ਜੀ ਨੈਸ਼ਨਲ ਮਾਨਿਓਰਟੀ ਕਮਿਸ਼ਨ ਨੂੰ ਕੀ ਰਿਪੋਰਟ ਭੇਜਦੇ ਹਨ ਇਹ ਸੁਪਰ ਇਸ ਕੇਸ ਦੀ ਅਗਲੀ ਦਿਸ਼ਾ ਨਿਰਧਾਰਿਤ ਹੋਵੇਗੀ ਕਿਉਂਕਿ ਜੋ ਲਾਲਪੁਰਾ ਜੀ ਨੇ ਆਪਣੀ ਚਿੱਠੀ ਵਿੱਚ ਆਪਣੇ ਪੱਤਰ ਵਿੱਚ ਚੀਫ ਸਕੱਟਰੀ ਨੂੰ ਜੋ ਰਮਨਦੀਪ ਸਿੰਘ ਨੇ ਆਂਗੂ ਪਰ ਬੇਅਦਬੀ ਕਰਨ ਦਾ ਦੋਸ਼ ਲਾਇਆ ਉਸ ਨਾਲ ਇਸ ਕੇਸ ਵਿੱਚ ਇੱਕ ਸੀਰੀਅਸ ਐਂਗਲ ਐਂਟਰ ਕਰ ਗਿਆ ਅਤੇ ਇਹ ਵੀ ਪਤਾ ਲੱਗਾ ਕਿ ਫਗਵਾੜੇ ਸ਼ਹਿਰ ਵਿੱਚ ਜਿਹੜਾ ਇਸ ਦੇ ਕਤਲ ਤੋਂ ਬਾਅਦ ਥੋੜਾ ਬਹੁਤਾ ਤਣਾਅ ਆਇਆ ਉਸ ਤਣਾਅ ਨੂੰ ਕੰਟਰੋਲ ਕਰਨ ਲਈ ਐਸ ਡੀ ਐਮ ਜਸ਼ਨਜੀਤ ਸਿੰਘ ਹੋਰਾਂ ਨੇ ਕਈ ਲੋਕਲ ਆਰਗੇਨਾਈਜੇਸ਼ਨਾਂ ਵੱਖ-ਵੱਖ ਕਮਿਊਨਿਟੀਜ਼ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਸੋ ਇਹ ਜੋ ਸਾਰਾ ਕੁਝ ਹੁਣ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਯਤਨਾਂ ਵਿੱਚ ਹੁਣ ਤੀਕਰਨ ਅੱਜ ਤੀਕਰਨ ਕਾਫੀ ਜੋ ਐਡਮਿਨਿਸਟ੍ਰੇਸ਼ਨ ਹੈ ਫਗਵਾੜੇ ਦੀ ਉਹ ਕਾਮਯਾਬ ਰਹੀ ਹੈ ਅਤੇ ਇਸ ਬਾਰੇ ਕੋਈ ਵੀ ਕਿਸੇ ਵੱਲੋਂ ਵੀ ਭੜਕਾਓ ਸਟੇਟਮੈਂਟਾਂ ਨਹੀਂ ਆਈਆਂ ਨਾ ਸਿੱਖ ਆਰਗੇਨਾਈਜੇਸ਼ਨਾਂ ਵੱਲੋਂ ਜਾਂ ਹੋਰ ਜਿਹੜੀਆਂ ਨਾਨ ਸਿੱਖ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਚਾਹੇ ਮੀਟਿੰਗ ਤੇ ਕੀਤੀ ਐਸ ਡੀ ਐਮ ਨਾਲ ਪਰ ਉਹਨਾਂ ਨੇ ਕੋਈ ਪੱਤਰਕਾਰਾਂ ਨਾਲ ਜਾਂ ਪ੍ਰੈਸ ਵਿੱਚ ਆਪਣੇ ਕੋਈ ਬਿਆਨ ਨਹੀਂ ਦਿੱਤੇ ਪਰ ਇਹ ਪਤਾ ਲੱਗਾ ਕਿ ਇਸ ਗੱਲ ਤੇ ਉਹਨਾਂ ਨੂੰ ਬੜੀ ਦੁੱਖ ਪ੍ਰਗਟ ਕਰ ਰਹੇ ਹਨ ਕਿ ਵੀ ਵਿਸ਼ਾਲ ਕਪੂਰ ਨੂੰ ਇਸ ਤਰ੍ਹਾਂ ਕਿਉਂ ਮਾਰ ਦਿੱਤਾ ਗਿਆ ਜਾਂ ਉਸ ਨੂੰ ਫੜ ਲਿਆ ਸੀ ਤਾਂ ਉਸ ਨੂੰ ਮਾਰਨ ਦੀ ਕੋਈ ਲੋੜ ਨਹੀਂ ਸੀ ਇਹ ਹੀ ਗੱਲ ਨੈਸ਼ਨਲ ਮਿਨੋਰੀਟੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਜੀ ਨੇ ਉਠਾਈ ਹੈ ਕਿ ਜਦ ਉਸ ਨੂੰ ਫੜ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਕਿਉਂ ਮਾਰਿਆ ਗਿਆ ਉਹ ਹਥਿਆਰ ਬੰਦ ਵੀ ਨਹੀਂ ਸੀ ਔਰ ਇਹ ਜੋ ਸਾਰਾ ਇੱਕ ਰਚਾਇਆ ਗਿਆ ਡੰਬਰ ਕਿ ਉਹ ਨੇ ਅੰਗ ਤੋਂ ਹਥਿਆਰ ਖੋ ਕੇ ਉਹਨੂੰ ਮਾਰਨ ਲੱਗਾ ਸੀ ਤਾਂ ਉਹ ਉਸਨੇ ਸੈਲਫ ਡਿਫੈਂਸ ਵਿੱਚ ਆਪਣੀ ਸੁਰੱਖਿਆ ਕਰਨ ਦੇ ਉਸ ਵਿੱਚ ਉਸਨੇ ਇਸ ਦਾ ਕਤਲ ਕਰ ਦਿੱਤਾ ਜਦ ਉਸ ਨੂੰ ਕੁੰਡਾ ਲਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਵਿੱਚ ਸੈਲਫ ਡਿਫੈਂਸ ਦੀ ਜਿਹੜੀ ਨਵੀਂ ਦਿਸ਼ਾ ਦਿੱਤੀ ਗਈ ਹੈ ਉਹ ਕਿੱਥੋਂ ਆ ਗਈ ਸੋ ਇਹ ਸਾਰੀ ਚਰਚਾ ਦਾ ਕਹਿੰਦਾ ਮੇਰਾ ਜੋ ਨੇ ਚੋੜ ਜੋ ਮੈਂ ਕਟਿਆ ਉਹ ਇਹ ਹੈ ਕਿ ਇਸ ਗੱਲ ਨੂੰ ਸਾਨੂੰ ਸਾਰੇ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਮੁੜ ਅਸ਼ਾਂਤੀ ਕਾਇਮ ਕਰਨ ਲਈ ਬਾਰ ਬਾਰ ਯਤਨ ਹੋ ਰਹੇ ਨੇ ਕਿ ਇਹ ਜੋ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਹੱਥ ਹੈ ਸਿਰਸੇ ਵਾਲੇ ਬਾਬੇ ਰਾਮ ਰਹਿਮੀਂ ਦਾ ਉਹਦੇ ਪ੍ਰੇਮੀਆਂ ਦਾ ਉਸਦੇ ਕਈ ਪ੍ਰੇਮੀਆਂ ਨੂੰ ਕਤਲ ਵੀ ਕਰ ਦਿੱਤਾ ਜਿਹੜੇ ਕਿ ਲੋਗ ਇਸ ਤੋਂ ਭੜਕੇ ਉਹਨਾਂ ਵੀ ਅਦਮੀ ਆ ਤਾ। ਔਰ ਹੁਣ ਉਸ ਤੋਂ ਬਾਅਦ ਹੁਣ ਇਹ ਤੁਸੀਂ ਸੋਚ ਸਕਦੇ ਹੋ ਕਿ ਕੋਈ ਜੁਰਤ ਕਰੇ ਕਿ ਸਚਕੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਿੱਧਾ ਅੰਦਰ ਚਲਾ ਜਾਏ ਔਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ-ਪਾਸ ਇੱਕ ਬੈਰੀਕੇਡ ਜੀ ਲਾਈ ਹੁੰਦੀ ਹੈ ਅੰਦਰ ਲੱਗੀ ਹੋਈ ਆ ਔਰ ਅੰਦਰ ਜਿਹੜੇ ਸ਼ੇਵਾਦਾਰ ਜਿਹੜੇ 3-4 ਆਪਣੀਆਂ ਡਿਊਟੀਆਂ ਤੇ ਨਿਭਾਰੇ ਹੁੰਦੇ ਆ ਉਹਨਾਂ ਨੇ ਉਹਨੂੰ ਫੜ ਲਿਆ ਪਰ ਉਸ ਉਸ ਜੰਗਲੇ ਤੋਂ ਜੰਪ ਕਰਕੇ ਅੰਦਰ ਜਾਣ ਦੀ ਉਹਦੀ ਜ਼ੋਰ ਤੋਂ ਦੇ ਪਿੱਛੇ ਕੌਣ ਸੀਗਾ ਉਸ ਦਾ ਵੀ ਜੋ ਹੈ ਕਤਲ ਉਥੇ ਜੋ ਭੀੜ ਸੀ ਉਹਦੇ ਚ ਸੰਗਤ ਵੀ ਸੀ ਪਰ ਉਹਦੇ ਸੰਗਤ ਵਿੱਚ ਹੋਰ ਕੌਣ ਰਲਿਆ ਮਿਲਿਆ ਸੀ ਉਸ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਪੁਲਿਸ ਨੇ ਉਸ ਕੇਸ ਨੂੰ ਬੰਦ ਕਰਤਾ ਇਸ ਕੇਸ ਵਿੱਚ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਪੁਲਿਸ ਨੇ ਕੋਈ ਤੱਥ ਲੱਭਿਆ ਪਰ ਜਿਹੜਾ ਕੇਸ ਸ੍ਰੀ ਸਚਕੰਡ ਸਾਹਿਬ ਵਿੱਚ ਵਾਪਰਿਆ ਉਸ ਬਾਰੇ ਪੁਲਿਸ ਨੇ ਕੇਸ ਕਲੋਜ਼ ਕਰਤਾ ਕੋਈ ਬਹੁਤੀ ਇਨਵੈਸਟੀਗੇਸ਼ਨ ਨਹੀਂ ਕੀਤੀ ਸੋ ਜੋ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਗ ਹਨ ਜੋ ਵੀ ਪੰਜਾਬ ਵਿੱਚ ਸ਼ਾਂਤੀ ਚਾਹੁੰਦੇ ਹਨ ਉਹਨਾਂ ਨੂੰ ਇਹ ਝਾਲ ਸਮਝਣੀ ਚਾਹੀਦੀ ਹੈ ਕਿ ਬਾਰ-ਬਾਰ ਸਿੱਖਾਂ ਦੇ ਧਾਰਮਿਕ ਸੰਸਥਾਵਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਕਰਕੇ ਉਹਨਾਂ ਨੂੰ ਇਨਜਾਮ ਦੇ ਕੇ ਸਿੱਖਾਂ ਨੂੰ ਪੜਕਾਉਣ ਦਾ ਯਤਨ ਕੀਤਾ ਗਿਆ ਪਰ ਹੁਣ ਦੇ ਕਨ ਸਿੱਖ ਜਿਹੜੇ ਸੰਗਤਾਂ ਸਰਧਾਲੂ ਉਹਨਾਂ ਨੇ ਬਿਲਕੁਲ ਸ਼ਾਂਤੀ ਬਣਾ ਕੇ ਰੱਖੀ ਹੋਈ ਏ ਤੁਹਾਨੂੰ ਮੈਂ ਇੱਥੇ ਯਾਦ ਕਰਾਉਣਾ ਚਾਹਨਾ ਹਾਂ ਕਿ ਜਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ ਉਥੇ ਵੀ ਉੜਦਾ ਨਿਹੰਗ ਦਲ ਨੇ ਇੱਕ ਵਿਅਕਤੀ ਨੂੰ ਜੋ ਤਰਨਤਾਰਨ ਡਿਸਟ੍ਰਿਕਟ ਚੋਂ ਉੱਥੇ ਗਿਆ ਸੀ ਉਸ ਦਾ ਬੜੇ ਜਿਹੜੇ ਦੁਖਤ ਟੰਗ ਨਾਲ ਬੜੇ ਤਸੀਹੇ ਦੇ ਕੇ ਕਤਲ ਕੀਤਾ ਉਸ ਦੇ ਗੁੱਟ ਕੱਟ ਦਿੱਤੇ ਉਸ ਦੇ ਹੱਥ ਕੱਟ ਤੇ ਉਹਦੇ ਵੱਢ ਕੇ ਉਸ ਨੂੰ ਉਹਨਾਂ ਨੇ ਪੁੱਠਾ ਟੰਗ ਦਿੱਤਾ ਅਤੇ ਉਹ ਇਸ ਨਾਲ ਉਸ ਦਾ ਜੋ ਇਤਨਾ ਖੂਨ ਨਿਕਲ ਗਿਆ ਅਤੇ ਉਹ ਇਹ ਦੁੱਖ ਸਹਿ ਨਾ ਕਰ ਸਕਿਆ ਜ਼ੁਲਮ ਅਤੇ ਉਹ ਦਾ ਧਿਆਨਤ ਹੋ ਗਿਆ ਸੋ ਉੜਦਾ ਜੋ ਨਿਆੰਗਦਾਲ ਸੀ ਉਸ ਦੇ ਤਿੰਨ ਨਿਆੰਗਾ ਨੂੰ ਕਤਲ ਦੇ ਕੇਸ ਵਿੱਚ ਅਰੈਸਟ ਕਰਤਾ ਗਿਆ ਉਹਨਾਂ ਦਾ ਕੇਸ ਜਿਹੜਾ ਉਹ ਸੋਨੀਪਾਟ ਦੀਆਂ ਅਦਾਲਤਾਂ ਵਿੱਚ ਚੱਲ ਰਿਹਾ ਔਰ ਮੈਂ ਉਸ ਵੇਲੇ ਇਹ ਜਿਹੜਾ ਚਿੱਟਾ ਉੜਦਾ ਦਲ ਇਹਨਾਂ ਨੂੰ ਚਿੱਟਾ ਦਲ ਵੀ ਕਿਉਂਕਿ ਇਹਨਾਂ ਦੀ ਬੈਸਟ ਦਾ ਰੰਗ ਚਿੱਟਾ ਸੀ ਸੋ ਮੈਂ ਉੱਥੇ ਪਹੁੰਚਿਆ ਤੇ ਦੇਖਣ ਲਈ ਕਿ ਵੀ ਇਹ ਕਿਹੜਾ ਦਲ ਨਵਾਂ ਆ ਗਿਆ ਜਦੋਂ ਮੈਂ ਉੱਥੇ ਉਹਨਾਂ ਦੇ ਡੇਰੇ ਦੇ ਸਾਹਮਣੇ ਗਿਆ ਉੱਥੇ ਉਹਨਾਂ ਨੇ ਆਪਣਾ ਡੇਰਾ ਫੁੱਲਾਂ ਦੇ ਗਮਲਿਆਂ ਨਾਲ ਵੀ ਸਜਾਇਆ ਹੋਇਆ ਸੀ ਪਰ ਉੱਥੇ ਕੋਈ ਵੀ ਨਿਆੰਗ ਜਾਂ ਵਿਅਕਤੀ ਨਹੀਂ ਸੀ ਸਾਹਮਣੇ ਬਸ ਖੜੀ ਸੀ ਬਸ ਦਾ ਦਰਵਾਜ਼ਾ ਜਿਹੜੀ ਸੀਗੀ ਜਿਹਦੇ ਵਿੱਚ ਕਿ ਦੱਸਿਆ ਜਾਂਦਾ ਹੈ ਕਿ ਦਸ਼ਮਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀਗਾ ਉਸ ਨੂੰ ਤਾਲਾ ਲੱਗਾ ਹੋਇਆ ਬੰਦ ਪਈ ਸੀ ਉੱਥੇ ਮੈਂ ਬੜੀ ਦੇਰ ਦੇਖਦਾ ਰਿਹਾ ਕਿ ਸ਼ਾਇਦ ਕੋਈ ਇੱਥੋਂ ਦਾ ਪ੍ਰਬੰਧਕ ਆਏ ਤੇ ਮੈਂ ਉਹਦੇ ਨਾਲ ਗੱਲ ਕਰਾਂ ਔਰ ਮੈਂ ਕਈ ਫੇਰੇ ਮਾਰੇ 2-3 ਘੰਟੇ ਪਰ ਉੱਥੇ ਕੋਈ ਨਹੀਂ ਆਇਆ ਸੋ ਇਹ ਜੋ ਘਟਨਾਵਾਂ ਵਿੱਚ ਇੱਕ ਨਿਆਂਗ ਸਿੰਘ ਆਪਣਾ ਰੋਲ ਅਦਾ ਕਰ ਰਿਹਾ ਇਹਦੇ ਵਿੱਚ ਸਾਨੂੰ ਦੇਖਣਾ ਹੋਵੇਗਾ ਕਿ ਜਿਹੜੇ ਨਾਮੀ ਨਿਆਂਗਦਾਲਨ ਜਿਹੜੇ ਉਹਨਾਂ ਵਿੱਚੋਂ ਹਲੇ ਕਿਸੇ ਨਿਆਂਗ ਨੇ ਅਜਿਹੀ ਘਟਨਾ ਜਾਂ ਨੂੰ ਵਰਦਾਨ ਨਹੀਂ ਦਿੱਤਾ ਤਾਂ ਇਹ ਚਰਚਾ ਨੂੰ ਮੈਂ ਇਸ ਸਮਾਪਤ ਕਰਦਾ ਉਮੀਦ ਕਰਦਾ ਕਿ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਤੁਸੀਂ ਇਸ ਨੂੰ ਆਪਣੇ ਸਬੰਧੀਆਂ ਨਾਲ ਮਿੱਤਰਾਂ ਨਾਲ ਵੱਦ ਤੋਂ ਵੱਦ ਲੋਕਾਂ ਨਾਲ ਸਾਂਝੀ ਕਰੋ ਤਾਂ ਜੇ ਲੋਕਾਂ ਤੱਕ ਅਸਲੀਅਤ ਪਹੁੰਚ ਕੇ ਸੱਚ ਪਹੁੰਚ ਕੇ ਅਤੇ ਮੇਰੇ ਆਪ ਜੀ ਨੂੰ ਗੁਜਾਰਸ਼ ਹੈ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਦੀ ਬੈਲ ਆਈਕਨ ਦਬਾਓ ਇਹਦੀ ਘੰਟੀ ਦਬਾਓਗੇ ਤਾਂ ਤੁਹਾਨੂੰ ਵੀਡੀਓ ਸਿੱਧੀ ਤੁਹਾਡੇ ਤੱਕ ਉਸੇ ਸਮੇਂ ਪਹੁੰਚੇਗੀ ਇਹਨਾਂ ਇਸ ਤੇ ਆ ਕੇ ਮੈਂ ਇਸ ਚਰਚਾ ਨੂੰ ਬੰਦ ਕਰਦਾ ਧੰਨਵਾਦ ਸਤਿ ਸ੍ਰੀ ਅਕਾਲ